ਤੁਸੀਂ ਸਰਕਾਰ ਦੇ ਹਿੱਸੇਦਾਰ ਹੋਏ ਤਾਂ ਇਹ ਜ਼ਰੂਰ ਰੱਖਿਓ ਕਿ ਇੱਥੇ ਕੋਈ ਦੀਪ ਸਿੱਧੂ ਖੜਾ ਸਰਕਾਰ ਦੇ ਤਰਲੇ ਨਾ ਕੱਢਦਾ ਹੋਵੇ, ਸਾਡਾ ਕਿਸਾਨ ਸੜਕਾਂ ਤੇ ਨਾ ਹੋਵੇ। ਮੈਂ ਇੱਥੇ 2 ਟੋਲ ਪਲਾਜ਼ੇ ਬੰਦ ਕਰਾ ਕੇ ਆਈ ਹਾਂ, ਮੇਰੀ ਰੂਹ ਇੰਨੀ ਰੋਈ ਉੱਥੇ ਕਿ ਮੇਰੇ ਬੱਚੇ ਇੱਥੇ ਨੇ। ਕਮਾਲ ਹੈ ਸਰਕਾਰਾਂ ਦਾ, ਇਹ ਗੁੰਗੀਆਂ ਬਹਿਰੀਆਂ। ਤਾਂ ਮੈਂ ਕਿਹਾ ਤੁਸੀਂ ਇੰਨੀਆਂ ਕਿਸਾਨ ਯੂਨੀਅਨਸ ਹੋ, ਤੁਸੀਂ ਆਪਣਾ ਕਿਉਂ ਨਹੀਂ ਵੋਟ ਬੈਂਕ ਬਣਾਉਂਦੇ? ਕਿਉਂ ਤੁਸੀਂ ਬਾਦਲਾਂ ਕੈਪਟਨਾਂ ਦੇ ਪਿੱਛੇ ਭੱਜਦੇ ਹੋ? ਕਦੇ ਵੀ ਭੈੜੀ ਸਰਕਾਰ ਨਹੀਂ ਬਣਾਉਣੀ, ਸਮਝੇ? ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਾੜ ਸਾਹਿਬ, ਇੱਥੇ ਆਪਾਂ ਗੱਲ ਕਰ ਰਹੇ ਸੀਗੇ ਸਰਕਾਰ ਦੀ, ਸਰਕਾਰ ਦੀ ਗੱਲ ਕਰਦੇ ਸੀ ਆਪਣੇ ਸਿੱਧੂ ਸਾਹਿਬ, ਅਤੇ ਮੈਂ ਨਾ ਨਵਜੋਤ ਕੌਰ ਹੈ, ਸਿੱਧੂ ਮੇਰੇ ਪਿੱਛੇ ਨਹੀਂ ਲੱਗਦਾ। ਅਤੇ ਸਰਕਾਰ ਦੀ ਗੱਲ ਕਰਦੇ ਸੀ ਅਤੇ ਮੈਂ ਤੁਹਾਡੇ ਸਾਰਿਆਂ ਵੱਲ ਦੇਖ ਰਹੀ ਸੀ, ਮੈਂ ਕਿਹਾ ਇੰਨੇ ਜਜ਼ਬੇ ਨਾਲ, ਇੰਨੇ ਯੂਨੋ ਕੀ ਕਹਾਂ ਮੈਂ, ਇੰਨੀ ਸੋਲਫੁੱਲੀ, ਇੰਨੀ ਰੂਹਦਾਰੀ ਨਾਲ ਤੁਸੀਂ ਇਹ ਗੱਲ ਸੁਣਦੇ ਹੋ, ਅਤੇ ਸ਼ਿੱਦਤ ਨਾਲ। ਅਤੇ ਤੁਸੀਂ ਕਦੇ ਵੀ, ਤੁਹਾਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ? ਕਦੇ ਵੀ ਤੁਸੀਂ ਸਰਕਾਰ ਦੇ ਹਿੱਸੇਦਾਰ ਹੋਏ ਤਾਂ ਇਹ ਜ਼ਰੂਰ ਰੱਖਿਓ ਕਿ ਇੱਥੇ ਕੋਈ ਦੀਪ ਸਿੱਧੂ ਖੜਾ ਸਰਕਾਰ ਦੇ ਤਰਲੇ ਨਾ ਕੱਢਦਾ ਹੋਵੇ, ਸਾਡਾ ਕਿਸਾਨ ਸੜਕਾਂ 'ਤੇ ਨਾ ਹੋਵੇ, ਮੇਰੇ ਬੱਚੇ। ਮੈਂ ਇੱਥੇ 2 ਟੋਲ ਪਲਾਜ਼ੇ ਬੰਦ ਕਰਾ ਕੇ ਆਈ ਹਾਂ, ਮੇਰੀ ਰੂਹ ਇੰਨੀ ਰੋਈ ਉੱਥੇ ਕਿ ਮੇਰੇ ਬੱਚੇ ਇੱਥੇ ਨੇ। ਕਮਾਲ ਹੈ ਸਰਕਾਰਾਂ ਦਾ, ਇਹ ਗੁੰਗੀਆਂ ਬਹਿਰੀਆਂ ਬੋਲੀਆਂ ਸਰਕਾਰਾਂ ਨੂੰ ਮੈਂ ਕਹਿੰਦੀ ਹਾਂ, ਹਲੇ ਵੀ ਮੇਰੇ ਬੱਚਿਆਂ ਦੀ ਗੱਲ ਜ਼ਰੂਰ ਸੁਣੋ, ਇਹਨਾਂ ਨੌਜਵਾਨਾਂ ਦੀ ਗੱਲ ਜ਼ਰੂਰ ਸੁਣੋ। ਅਸੀਂ ਤਾਂ ਕੱਢ ਲਈ ਆਪਣੀ ਨੌਜਵਾਨੀ ਗੁੰਗੇ ਬਹਿਲੀਆਂ ਬੋਲੀਆਂ ਸਰਕਾਰਾਂ ਨਾਲ, ਅੱਜ ਤੁਹਾਡਾ ਫਰਜ਼ ਬਣਦਾ ਸਰਕਾਰੇ, ਸਾਡੇ ਬੱਚਿਆਂ ਦੀ ਗੱਲ ਸੁਣੋ। ਅਤੇ ਸਾਰੇ ਬੱਚੇ ਇੱਥੇ ਬੈਠੇ, ਸਾਰੇ ਪੋਲੀਟੀਕਲ ਉਹਦੇ 'ਚ ਇੰਟਰਸਟ ਰੱਖਣ ਵਾਲੇ ਜ਼ਰੂਰ ਹੁੰਮ ਹੁਮਾ ਕੇ ਆਪਣੀਆਂ ਵੋਟਾਂ ਲਓ। ਮੈਂ ਉੱਧਰ ਕੱਲ੍ਹ ਕਿਸਾਨ ਯੂਨੀਅਨ ਰੇਲਵੇ ਰੋਕੋ ਉਹਦੇ ਵਿੱਚ ਸੀਗੀ, ਤਾਂ ਮੈਂ ਕਿਹਾ ਤੁਸੀਂ ਇੰਨੀਆਂ ਕਿਸਾਨ ਯੂਨੀਅਨਸ ਹੋ, ਤੁਸੀਂ ਆਪਣਾ ਕਿਉਂ ਨਹੀਂ ਵੋਟ ਬੈਂਕ ਬਣਾਉਂਦੇ? ਕਿਉਂ ਤੁਸੀਂ ਬਾਦਲਾਂ ਕੈਪਟਨਾਂ ਦੇ ਪਿੱਛੇ ਭੱਜਦੇ ਹੋ? ਕਿਉਂ ਆਪਣਾ ਬਣਾਓ ਤਾਂ ਕਿ ਮੇਰੇ ਬੱਚੇ ਸੜਕਾਂ 'ਤੇ ਹੋਣ ਨਾ ਹੋਣ। ਮੈਂ ਉਹਨਾਂ ਦਾ ਸਾਥ ਦਿੱਤਾ ਪਰ ਮੇਰੀ ਰੂਹ ਅੰਦਰ ਕੰਬ ਰਹੀ ਸੀ। ਫਿਰ ਮੈਨੂੰ ਇੱਥੇ ਜ਼ਰੂਰ ਆਉਣਾ ਸੀ, ਮੈਂ ਇੱਕ ਦਿਨ ਪਹਿਲਾਂ ਆਈ ਸੀ, ਆ ਬੱਚੇ ਹੈਗੇ ਨੇ, ਮੈਂ ਇਹਨਾਂ ਨਾਲ ਬਹੁਤ ਗੱਲ ਕੀਤੀ। ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਇਓ ਇੱਥੇ, ਜ਼ਰੂਰ ਗੱਲਬਾਤ ਸੁਣਿਓ, ਇੱਥੇ ਬੈਠੇ ਹੋ, ਤੁਹਾਨੂੰ ਪਤਾ ਲੱਗ ਜੂਗਾ ਇਹ ਮੋਰਚਾ ਕਿਸ ਗੱਲ ਦਾ ਹੈ। ਅਤੇ ਅੱਜ ਮੈਂ ਬੜੇ ਮਾਣ ਨਾਲ ਕਹਿੰਦੀ ਹਾਂ, ਆਹ ਮੋਰਚਾ ਜਿਹੜੀ ਗੱਲ ਕੀਤੀ ਇਹਨਾਂ ਨੇ, ਦੀਪ ਸਿੱਧੂ ਨੇ, ਕਿ ਪੋਲੀਟੀਕਲ ਡਿਪਲੋਮੈਸੀ, ਤਾਂ ਇਹ ਅੱਡ ਮੋਰਚਾ ਬਣਿਆ ਅੱਜ। ਉੱਧਰ ਕਿਸਾਨ ਨੇ ਭੋਲੇ ਭਾਲੇ ਹੋਰ ਹੀ ਰੰਗਾਂ 'ਚ ਬੈਠੇ ਨੇ, ਇੱਧਰ ਮੈਨੂੰ ਲੱਗਦਾ ਹੈ ਕਿ ਇਹ ਗੱਲ ਸਿਰੇ ਲਾਉਣਗੇ, ਕਿਉਂਕਿ ਉਹ ਚਲਾਕ ਬੋਲੀਆਂ ਬਹਿਰੀਆਂ ਸਰਕਾਰਾਂ ਨੂੰ ਇਹਨਾਂ ਨੇ ਅੱਖਾਂ ਖੋਲ੍ਹਣੀਆਂ ਨੇ, ਤੁਸੀਂ ਸਾਰਿਆਂ ਨੇ ਅੱਖਾਂ ਖੋਲ੍ਹਣੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਾੜ ਸਾਹਿਬ, ਮੈਨੂੰ ਜ਼ਰੂਰ ਯਾਦ ਕਰਿਓ, ਮੈਨੂੰ ਇਹ ਮੋਰਚਾ, ਮੈਂ ਕਹਾਂ ਸਾਰਿਆਂ ਨੂੰ ਮੈਂ ਬਹੁਤ ਬਹੁਤ ਵਧਾਈ ਦਊਂਗੀ। ਪਲੀਜ਼, ਆਪਾਂ ਇਹ ਗੱਲ ਕਰਨੀ ਹੈ ਜਿਹੜੀ ਅੱਜ ਆਪਾਂ ਇੱਥੇ ਕੀਤੀ ਹੈ। ਕਦੇ ਵੀ ਭੈੜੀ ਸਰਕਾਰ ਨਹੀਂ ਬਣਾਉਣੀ, ਸਮਝੇ? ਬੋਲੇ ਸੋ ਨਿਹਾਲ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ TV। ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ TV ਵੀ ਲਾਈਕ ਤੇ ਫੋਲੋ ਕਰ ਲਓ।